उत्थे साडे बंदियां नूं जिहड़ा संबोधन करदा जिहड़ा सेंटी प्रधान है उह गाल कट के गल करदा आ और कम कोई कर होर नहीं रहा। इत्थे साडा बौड़ां गेट पानी तो प्यासा मर रहा आ ते साडे बंदियां दीआं बदलियां करदा आ। ते पहला एक बारी 15,000 रुपया कट्टिया उहने साडे सीवरमैन दा, हुण 2,500 रुपया कट्टिया, 2,500 रुपया कट्टिया सीवरमैन दा। बड़ी माड़ी गल है, रुपये आ रहे ते नहीं पता लग रहा जा किधर नूं रहे आ। एक भी रुपया इन्होंने ना हस्पताल दे उपर लाया, ना साडे बौड़ां गेट दे उपर लाया। आ छोटा जिहा गेट बना के रखता, यह बड़ा भी हो सकता कि इहनूं अगले पासे ला सकदे सी। उत्थे ट्रक मुड़दा होया भी हुण औखा हुंदा आ। ਨਾਭਾ ਦੇ ਸਿਵਲ ਹਸਪਤਾਲ ਵਿੱਚ ਦੀ ਕਲਾਸ 4 ਇੰਪਲਾਈਜ਼ ਯੂਨੀਅਨ ਪੰਜਾਬ ਪੈਰਾਮੈਡੀਕਲ ਵੱਲੋਂ ਸੀਨੀਅਰ ਆਗੂ ਦੀਪ ਚੰਦ ਅਤੇ ਪ੍ਰਧਾਨ ਆਕਾਸ਼ਦੀਪ ਦੀ ਅਗਵਾਈ ਦੇ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਆਗੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 10-15 ਸਾਲਾਂ ਤੋਂ ਕਰਮਚਾਰੀ, ਸਫਾਈ ਸੇਵਕ, ਵਾਰਡ ਅਟੈਂਡੈਂਟ, ਚੌਕੀਦਾਰ, ਮਾਲੀ ਕਰਮਚਾਰੀ ਨੂੰ ਪੱਕਾ ਕੀਤਾ ਜਾਵੇ ਅਤੇ ਪੇ ਕਮਿਸ਼ਨ ਦੀ ਰਿਪੋਰਟ ਵਿੱਚ ਸੋਧ ਕੀਤੀ ਜਾਵੇ ਅਤੇ ਪਿਛਲੇ 148 ਮਹੀਨਿਆਂ ਦੀਆਂ DA ਕਿਸ਼ਤਾਂ ਉਹਨਾਂ ਦਾ ਬਕਾਇਆ ਨਕਦ ਦਿੱਤਾ ਜਾਵੇ ਅਤੇ ਕਿਹਾ ਕਿ ਬਰਾਬਰ ਦਾ ਕੰਮ, ਬਰਾਬਰ ਤਨਖਾਹ ਦਿੱਤੀ ਜਾਵੇ ਅਤੇ 1-4-2004 ਤੋਂ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਅਤੇ DC ਰੇਟ 'ਤੇ ਬਣੀਆਂ ਤਨਖਾਹ ਸਮੁੱਚੇ ਕਰਮਚਾਰੀਆਂ ਨੂੰ ਦਿੱਤੀਆਂ ਜਾਣ। ਉਹਨਾਂ ਕਿਹਾ ਕਿ ਸਿਹਤ ਮਹਿਕਮੇ ਵਿੱਚ ਕੋਰੋਨਾ ਯੋਧੇ, ਪੈਰਾਮੈਡੀਕਲ ਵਿੱਚ ਸਾਰੇ ਕੱਚੇ ਕਾਮੇ ਨੂੰ ਪੱਕਾ ਕੀਤਾ ਜਾਵੇ। ਮੈਂ ਦੀਪ ਚੰਦ ਹੰਸ, ਜ਼ਿਲ੍ਹਾ ਚੇਅਰਮੈਨ, ਪ੍ਰਧਾਨ ਤਹਿਸੀਲ ਨਾਭਾ, ਸਟੇਟ ਆਗੂ ਵੀ ਹਾਂ। ਅਤੇ ਸਾਡੀ 3 ਤਰੀਕ ਨੂੰ ਮੀਟਿੰਗ ਹੋਈ, ਉਸ ਤੋਂ ਪਹਿਲਾਂ ਸਰਕਾਰ ਦੇ ਨਾਲ ਵੀ ਗੱਲਬਾਤ ਹੋਈ ਆ। ਸਰਕਾਰ ਨੇ ਸਾਡੇ ਨਾਲ ਬੜਾ ਭਾਰੀ ਧੋਖਾ ਕੀਤਾ। ਉਹ ਧੋਖਾ ਕੀ ਕੀਤਾ, ਜਿਹੜਾ 2016 ਦਾ ਐਕਟ ਹੈ ਔਰ ਜਿਹਦਾ ਬੜਾ ਵਧੀਆ ਢੰਗ ਦੇ ਨਾਲ ਪਾਸ ਕੀਤਾ ਪਿਆ ਸੀ ਅਕਾਲੀ ਸਰਕਾਰ ਨੇ, ਮਾੜੀਆਂ ਮੋਟੀਆਂ ਤਰੁੱਟੀਆਂ ਤਾਂ ਹੁੰਦੀਆਂ ਲੇਕਿਨ ਉਹ 70% ਬਿਲਕੁਲ ਠੀਕ ਸੀ ਸਾਡੇ ਹੱਕ 'ਚ ਦੀ। ਪਰ ਜਿਹੜਾ ਇਹਨਾਂ ਨੇ ਉਹ ਐਕਟ ਨੂੰ ਖਤਮ ਕਰਕੇ 2020 ਦਾ ਐਕਟ ਇਹਨਾਂ ਨੇ ਦੁਬਾਰਾ ਸਟਾਰਟ ਕੀਤਾ ਆ, ਉਹਨੂੰ ਰੱਦ ਕਰਕੇ ਉਹਦੇ ਵਿੱਚ ਸਾਡੀਆਂ ਜਿਹੜੀਆਂ ਡਿਮਾਂਡਾਂ ਕੱਚਿਆਂ ਨੂੰ ਪੱਕੇ ਕਰਨ ਵਾਲੀ ਗੱਲ ਹੈ, ਭਾਵੇਂ ਉਹ ਠੇਕੇਦਾਰੀ ਸਿਸਟਮ 'ਚ ਹੈ, ਭਾਵੇਂ ਉਹ ਕੋਈ ਆਊਟਸੋਰਸਿੰਗ ਦੇ ਰਾਹੀਂ ਹੈ, ਭਾਵੇਂ ਉਹ ਕੋਈ ਪਾਰਟ ਟਾਈਮ ਹੈ, ਯਾਨੀ ਜਿਹੜੇ ਵੀ ਰੂਪ ਦੇ ਵਿੱਚ ਕੰਮ ਕਰ ਰਿਹਾ ਆ ਕਰਮਚਾਰੀ, ਭਾਵੇਂ ਉਹ ਕਲਾਸ 4 ਹੈ, ਭਾਵੇਂ ਉਹ ਕਲਾਸ 3 ਹੈ, ਲੇਕਿਨ ਇਹਨਾਂ ਨੇ ਬਿਲਕੁਲ ਖਤਮ ਕਰਤਾ ਉਹ ਰਿਪੋਰਟ ਦੇ ਵਿੱਚ ਜਿਹੜਾ ਸਾਡੇ ਕੋਲ ਐਕਟ ਆਇਆ ਇਹਨਾਂ ਦਾ। ਉਹਦੇ ਵਿੱਚ ਕਿਸੇ ਨੂੰ ਕੋਈ ਸੁਵਿਧਾ ਨਹੀਂ ਹੈ ਕਿਸੇ ਗੱਲ ਦੀ, ਕਿਉਂਕਿ ਜਿਹੜਾ ਇਹ ਕਹਿੰਦੇ ਨਾ ਵੀ ਦਰਜਾ 4 ਕਰਮਚਾਰੀ ਜਾਂ ਕੋਈ ਵੀ ਕਰਮਚਾਰੀ ਕਿਸੇ ਵੀ ਰੂਪ ਦੇ ਵਿੱਚ ਭਰਤੀ ਹੁੰਦਾ, ਅਸੀਂ ਭਰਤੀ ਕਰਨ ਨੂੰ ਤਿਆਰ ਹੈ, ਪਰ ਉਹ ਕਿਸ ਬੇਸ 'ਤੇ ਭਰਤੀ ਹੁੰਦਾ ਆ, ਕਿ ਉਹਦੀ ਇੰਟਰਵਿਊ ਲਿੱਤੀ ਪਈ ਆ, ਕਿ ਸਰਕਾਰ ਨੇ ਜਾਂ ਵਿਭਾਗ ਨੇ ਉਹਦੇ ਦਸਤਾਵੇਜ਼ ਇਕੱਠੇ ਕਰਕੇ ਉਹ ਆਪਣੇ ਕੋਲ ਰੱਖੇ ਪੈਣ, ਇਹੋ ਜਿਹਾ ਕੋਈ ਗੱਲ ਨਹੀਂ ਹੈਗੀ। ਠੇਕੇਦਾਰੀ ਸਿਸਟਮ ਦੇ ਵਿੱਚ ਜਿਹੜਾ ਬੰਦਾ ਲੱਗਦਾ ਆ ਉਹ ਬਗੈਰ ਕਿਸੇ ਕਾਗਜ਼ਾਂ ਤੋਂ ਸ਼ੁਰੂ ਤੋਂ ਹੀ ਇਹ ਆਪਣੇ ਪੰਜਾਬ ਦੇ ਵਿੱਚ ਕਿ ਸਾਰੇ ਪਾਸੇ ਇਹੀ ਚੱਲ ਰਿਹਾ ਆ, ਬੰਦਾ ਬੁਲਾਉਂਦੇ ਆ, ਭਰਤੀ ਕਰ ਲੈਂਦੇ ਨੇ, ਕੋਈ ਡਾਕੂਮੈਂਟਸ ਨਹੀਂ ਲੈਂਦੇ, ਬਾਅਦ 'ਚ ਪਤਾ ਲੱਗਦਾ ਵੀ ਇਹ 10ਵੀਂ ਪੜ੍ਹਿਆ ਪਿਆ, +2 ਕੀਤੀ ਪਈ ਆ, ਹੈ ਜੀ। ਇਹਨਾਂ ਦੇ ਉੱਪਰ ਬੜਾ ਮਾਰੂ ਹਮਲਾ ਜਿਹੜਾ ਹੈਗਾ ਆ ਸਾਡੇ ਕੱਚੇ ਕਰਮਚਾਰੀਆਂ ਦੇ ਉੱਪਰ ਕੀਤਾ ਪਿਆ ਆ। ਇਹ ਸਾਡੇ ਯੋਧੇ ਹੈ, ਭਾਵੇਂ ਉਹ ਦਰਜਾ 4 ਕਰਮਚਾਰੀ, ਸਫਾਈ ਸੇਵਕ ਹੈ, ਭਾਵੇਂ ਵਾਰਡ ਅਟੈਂਡੈਂਟ ਹੈ, ਭਾਵੇਂ ਸਾਡੀਆਂ ਸਟਾਫ ਨਰਸਾਂ ਹੈ, ਭਾਵੇਂ ਸਾਡੇ ਲੈਬੋਰਟਰੀ ਟੈਕਨੀਸ਼ੀਅਨ ਹੈ, ਜਾਂ ਸਾਡੇ ਫਾਰਮਾਸਿਸਟ ਹੈ, ਜਾਂ ਹੋਰ ਵੀ ਕਿਸੇ ਰੂਪ ਦੇ ਵਿੱਚ ਜਿਹੜੇ ਕੰਮ ਕਰਦੇ ਆ, ਇਹ ਕਰੋਨਾ ਯੋਧੇ ਨੇ। ਇਹਨਾਂ ਨੂੰ ਦੂਸਰਾ ਸਾਲ ਲੱਗ ਗਿਆ ਲੜਾਈ ਲੜਦਿਆਂ ਨੂੰ, ਪਰ ਇਹਨਾਂ ਨੇ ਹਜੇ ਤੱਕ ਤਰਸ ਤੱਕ ਨਹੀਂ ਕੀਤਾ ਇਹਨਾਂ ਦੇ ਉੱਪਰ ਵੀ ਇਹ ਇਹਨਾਂ ਨੂੰ 2-2-3-3 ਵਾਰੀ ਕਰੋਨਾ ਹੋ ਚੁੱਕਿਆ ਆ, ਇਹਨਾਂ ਦੇ ਪਰਿਵਾਰ ਪਰੇਸ਼ਾਨ ਹੈ। ਜੇ ਸਾਡਾ ਇੱਕ ਵੀ ਬੰਦਾ ਬਿਮਾਰ ਹੋ ਗਿਆ ਕਰੋਨਾ ਦੇ ਤਹਿਤ ਤਾਂ ਘੱਟੋ ਘੱਟ ਉਹਨਾਂ ਦਾ 5 ਲੱਖ ਰੁਪਇਆ, 6 ਲੱਖ ਰੁਪਇਆ ਇਲਾਜ ਕਰਾਉਣ ਦੇ ਵਿੱਚ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਲੱਗਦਾ। ਉਹਨਾਂ ਦੀ ਜਿਹੜੀ ਫੀਸ ਹੈ ਡੇਲੀ ਦੀ 28,000 ਤੋਂ ਲੈ ਕੇ 30,000 ਤੱਕ ਦੀ ਹੈ। ਇਹ ਐਕਟ ਨੂੰ ਅਸੀਂ ਕੰਡਮ ਕਰਦੇ ਹਾਂ। ਜਿਹੜੀ ਪੇ ਕਮਿਸ਼ਨ ਦੀ ਰਿਪੋਰਟ ਇਹਨਾਂ ਨੇ ਸਾਨੂੰ ਰਿਲੀਜ਼ ਕੀਤੀ ਹੈ 171 ਪੇਜਾਂ ਦੀ, ਉਹਨੂੰ ਵੀ ਅਸੀਂ ਰੱਦ ਕਰਦੇ ਹਾਂ, ਉਹ ਪੇ ਕਮਿਸ਼ਨ ਦੀ ਰਿਪੋਰਟ ਨੂੰ ਅਸੀਂ ਕੋਈ ਪੇ ਕਮਿਸ਼ਨ ਦੀ ਰਿਪੋਰਟ ਨਹੀਂ ਲੈਣੀ। ਉਹਦੇ 'ਚ ਸੋਧ ਕਰਕੇ ਸਾਡੇ ਨਾਲ ਜਿਹੜੀ ਗੱਲਬਾਤ ਸਰਕਾਰ ਨੇ ਕੀਤੀ ਹੈ ਅਤੇ ਉਸ ਗੱਲਬਾਤ ਦੇ ਤਹਿਤ ਸਰਕਾਰ ਕੁਛ ਮੰਨੀ ਹੈ ਵੀ ਵਾਕਈ ਤੁਹਾਡੀਆਂ ਜਾਇਜ਼ ਮੰਗਾਂ ਹਨ। ਉਹਨਾਂ ਨੇ ਗੱਲ ਕੀਤੀ ਆ ਸਾਡੇ ਲੀਡਰਾਂ ਦੇ ਨਾਲ ਅਤੇ ਅਸੀਂ ਚਾਹੁੰਦੇ ਹਾਂ ਵੀ ਸਾਡਾ ਜਿਹੜਾ ਕਰਮਚਾਰੀ ਆ 15-15 ਸਾਲਾਂ ਤੋਂ ਹਰ ਵਿਭਾਗ ਦੇ ਵਿੱਚ ਕੰਮ ਕਰ ਰਿਹਾ ਆ, ਉਹਨੂੰ ਬਗੈਰ ਕਿਸੇ ਸ਼ਰਤ ਤੋਂ ਪੱਕਾ ਕੀਤਾ ਜਾਵੇ ਕਿਸੇ ਵੀ ਰੂਪ 'ਚ। ਉਹ ਦਰਜਾ 4 ਕਰਮਚਾਰੀ, ਭਾਵੇਂ ਉਹ ਸਫਾਈ ਸੇਵਕ ਹੈ, ਵਾਰਡ ਅਟੈਂਡੈਂਟ ਹੈ, ਚੌਂਕੀਦਾਰ ਹੈ, ਮਾਲੀ ਹੈ, ਹੁਣ ਸਾਡੇ ਨਗਰ ਕੌਂਸਲ ਦੇ ਵਿੱਚ ਕੰਮ ਕਰਨ ਵਾਲੇ ਕਾਮੇ ਹੈ ਅਤੇ ਸੰਦੀਪ ਬਾਲੀ ਜੀ ਮੇਰੇ ਨਾਲ ਖੜ੍ਹੇ ਨੇ,
इन्हों का बहुत वड्डा एक रोल है यूनियन का कि इन्होंने बाकायदा तौर पर इन्ना कम कराया लोड़ नालों वध कराया भावें काली हो वेद प्रकाश काली वरिंद्र कुमार वैणी ये प्रधान है ये भी आगू है नगर कौंसल दे और नहीं आए कोई कारण सी इत्थे ते ये जरूर है भी उत्थे साडे बंदियां नूं जिहड़ा संबोधन करदा जिहड़ा सेंटी प्रधान है वह गाल कट के गल करदा आ ते साडे बंदियां दीआं बदलियां करदा आ ते पहला एक बारी 15,000 रुपया कट्टिया उहने साडे सीवरमैन का हुण 2,500 रुपया कट्टिया 2,500 रुपया कट्टिया सीवरमैन का बड़ी माड़ी गल है। असीं धर्मसोत जी नूं भी बेनती करदे हां थोड़े अंडर जिहड़ा हैगा नगर कौंसल नाभा मौजूद है ते उहदे विच ही जिहड़ा हैगा आ जिहड़ा जंगलात महकमा थोड़े अंडर है उन्हां कन्नी तरस करो तुसीं थोड़े नाल 2-3 मीटिंगां कीतियां धर्मसोत जी नाल भी इन्होंने विश्वास दिता सानू भी मैं जिन्ने भी बंदे हैं मैं थोड़ा भाई हाँ मैं पक्का करके जाऊँगा पर पक्का करूँगा किवें पक्के करन दी स्कीम ही नहीं सरकार ने रखी पक्के नहीं हो सकते। सरकार नूं असीं यही बेनती करते हैं निम्रता सहित बेनती करते हैं जिहड़ी साडी रैगूलर भर्ती है वह शुरू की जाए और बहुत घट कर्मचारियां साडे हस्पताल ते नगरपालिका दे विच होर डिपार्टमेंटां दे विच भी उहनां दी पूर्ति की जाए जिहड़े लगातार लगे पए हैं कर्मचारी उहनां नूं पक्का किया जाए पे कमीशन की रिपोर्ट की सोध करके इहनूं रिलीज़ किया जाए 148 महीनियां का बकाया जिहड़ा हैगा डीए दीआं किस्तां का 5 डीए दीआं किस्तां रहिंदियां और नगद दित्तियां जाण जिहड़े पेंशनर है वह भी किसी तरीके नाल खुश हो सकन अपने अपने परिवार पालन नूं एड्डी लख तोड़ महंगाई है जिहदे विच मैं बयान नहीं कर सकदा इन्हां दी अपने बच्चियां दी फीस देण नूं भी 5-6 हज़ार रुपया इन्हां नूं तनखाह दा मिलदा किसी नगरपालिका दा 2,400 रुपये मिलदा है कि ये अपने बच्चों नूं पढ़ा सकदे आ ये अपने बच्चों नूं अगे वधा ही नहीं सकते बिजली दे बिल 5-5 हज़ार रुपया साडे कोले आंदा 200 रुपये तो घट तेल नहीं हैगा जिहड़ा बच्चों नूं तेल नाल तड़का ला के रोटी भी खिला दीए आटा महंगा हो गया चीनी महंगी होगी पत्ती महंगी होगी असीं गुजारा किवें करिए मैं बेनती यही करूँगा भी सारे पंजाब दे विच अज साडा जो 3 तरीक नूं साने फैसला किया आ भी सोमवार नूं असीं सारे जिलों के जिहड़ा हैगा आ और जिहड़ा एक्ट है 2020 का कांग्रेस सरकार का बनाया पिया उहनूं अज असीं फूक रहे हैं सारे पासे फूकांगे अज तहसील नाभा दे विच भी फूकना आ पटियाले भी फूकना है पटियाले चलिया मैं उत्थे भी फूकना आ मैं यही साडी बेनती है पंजाब की सरकार नूं खास तौर पर धर्मसोत जी नूं भी जिहड़े बंदे थोड़े नाल कम करते हैं थोनू धोखा दे रहे हैं और कम कोई कर होर नहीं रहा इत्थे साडा बौड़ां गेट पानी तो प्यासा मर रहा है किन्नी वार बेनतियां कर लिया साडे बौड़ां गेट नाभा दे ने लोगों ने भी इहनूं मोटर नूं ठीक कराओ जिहड़ी पार खाली मोटर है सारे प्यासे मर रहे हैं कदे पानी आ गया कदे चलिया गया रुपये आ रहे हैं तो यह नहीं पता लग रहा जा किधर नूं रहे हैं एक भी रुपया इन्होंने ना हस्पताल के उपर लाया ना साडे बौड़ां गेट के उपर लाया आ छोटा जिहा गेट बना के रखता यह बड़ा भी हो सकता थी इहनूं अगले पासे ला सकते थी उत्थे ट्रक मुड़दा होया भी हुण औखा हुंदा आ मेरी बेनती है साडे गरीब लोगों की सरकार नूं ध्यान करना चाहिए आ यही मेरी अर्ज है यही मेरी सरकार नूं बेनती है कैप्टन अमरिंदर सिंह जी नूं वह ध्यान देन अपनी दखलअंदाजी विच देन मनप्रीत बादल नूं समझाउन क्योंकि मनप्रीत बादल नूं अकालियां ने इस करके कढ़िया सी भी उन्होंने जिहड़ा हैगा आ भी उहदे उन्हां नूं भी धोखा दित्ता सीगा तो इस करके इन्हां नूं भी धोखा दे रहा है साडे नाल भी धोखा हो रहा है सो कृपा करके साडे कच्चे कर्मचारियों नूं पक्का किया जाए पे कमीशन की रिपोर्ट डीए दीआं किस्तां सानूं तुरंत जारी कीतियां जाए वास्ते है जी साडे कच्चे मुलाजमान नूं पक्का किया जाए सरकार साडे नाल धोखा कर रही है डीए दीआं किस्तां नहीं दे रही सानूं ये साडे नाल बहुत धक्का 2 साल हो गए पे कमीशन की रिपोर्ट लागू नहीं हो रही हैगी ये साडे नाल 2 साल हो गए बहुत धक्का करोना महामारी दे विच असीं सब तो वध चढ़ के काम किया जिस दौरान सरकार ने सानू कुछ देने की बजाय साडे तो खोया ही है सानू कुछ दिता नहीं है साडा अगला संघर्ष बहुत तेज करने की उम्मीद है जी असी पुरजोर नाल अपील करांगे सारे मुलाजमान नू साथियों नू भी कम छोड़ हड़ताल करने की संभावना तक साडी हैगी है साडी मंग है कि भी जिहड़े मुलाजम बेचारे थोड़े थोड़े पैसों नाल किवें गुजारा करते हैं कई बार बहुत टेंशन हो जाती है इस गल की तो इन्हों पहली गल कि इन्हों की तनखा वधाई जाए जो मिल रहा वह भी प्रॉपर नहीं मिल रहा इन्हों तो सही ढंग इन्हों पूरे पैसे मिलने चाहिए ने तो बाकी जो साड़ी पे कमीशन जिहड़ा सानू इन्नी देर तो रोकया होया वो सानू पूरे सही तरीके नाल नहीं दिता जा रहा वो देना चाहिए तो बाकी ये जो कुछ देता वो ही हाथ तो रोटी खोण वाली गल हैगी भी कटौती कर देंगे वो गलत गल हैगी जो देता वो नहीं खोना चाहिए अगे बढ़ के बल्कि इन्ने औखे टाइम से साडे लोगों ने इन्ना साथ दिता कि पूरे इंडिया नूं बचा के रखिया
ਤੇ ਅੱਜ ਉਹਨਾਂ ਤੋਂ ਹੀ ਕੁਝ ਖੋਇਆ ਜਾ ਰਿਹਾ ਦੇਣ ਦੀ ਬਜਾਏ। ਇਹ ਬਹੁਤ ਗਲਤ ਗੱਲਾਂ ਨੇ। ਅਬਾਜੀ ਕਾਉਂਟੀ ਵੀ ਲਈ ਨਾਭਾ ਤੋਂ ਪੱਤਰਕਾਰ ਤਰੁਣ ਮਹਿਤਾ ਦੀ ਰਿਪੋਰਟ।